ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਅਸੀਂ ਤੁਹਾਨੂੰ ਰੱਬ ਦੁਆਰਾ ਕੀਤੀਆਂ ਕੁਝ ਗਲਤੀਆਂ ਦੇ ਬਾਰੇ ਦੱਸਾਂਗੇ, ਕਿਉਂ ਰੱਬ ਨੇ ਇਹ ਗਲਤੀਆਂ ਕੀਤੀਆਂ। ਸੋ ਇਹ ਵੀਡੀਓ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਇਹਨੂੰ ਪੂਰਾ ਜ਼ਰੂਰ ਸੁਣਿਓ, ਤਾਂ ਹੀ ਤੁਹਾਨੂੰ ਪੂਰੀ ਗੱਲ ਦੀ ਸਮਝ ਆਵੇਗੀ। ਰੱਬ ਦੀਆਂ ਗਲਤੀਆਂ। ਇੱਕ ਪਿੰਡ ਦੇ ਵਿੱਚ ਦੋ ਦੋਸਤ ਰਹਿੰਦੇ ਸੀ। ਇੱਕ ਦੋਸਤ ਦੁਨੀਆਂ ਦੇ ਵਿੱਚ ਵਿਚਰਦਾ, ਕਈ ਚੀਜ਼ਾਂ ਨੂੰ ਦੇਖਦਾ, ਉਹਨੂੰ ਇੱਦਾਂ ਲੱਗਦਾ ਕਿ ਰੱਬ ਨੇ ਵੀ ਦੁਨੀਆਂ ਬਣਾਉਣ ਦੇ ਵਿੱਚ ਬੜੀਆਂ ਗਲਤੀਆਂ ਕਰ ਦਿੱਤੀਆਂ। ਰੱਬ ਨੇ ਬਹੁਤ ਸਾਰੀਆਂ ਚੀਜ਼ਾਂ ਗਲਤ ਬਣਾਈਆਂ ਜਿਹੜੀਆਂ ਉਹਨੂੰ ਨਹੀਂ ਸੀ ਬਣਾਉਣੀਆਂ ਚਾਹੀਦੀਆਂ। ਉਹਦੇ ਮਨ ਦੇ ਵਿੱਚ ਇਹ ਗੱਲਾਂ ਹਮੇਸ਼ਾ ਘੁੰਮਦੀਆਂ ਰਹਿੰਦੀਆਂ। ਇੱਕ ਦਿਨ ਉਹਨੇ ਆਪਣੇ ਪੱਕੇ ਦੋਸਤ ਨੂੰ ਦੱਸਿਆ ਕਿ ਤੈਨੂੰ ਮਹਿਸੂਸ ਨਹੀਂ ਹੁੰਦਾ ਕਿ ਰੱਬ ਨੇ ਧਰਤੀ 'ਤੇ ਕਈ ਚੀਜ਼ਾਂ ਅਜਿਹੀਆਂ ਬਣਾਈਆਂ ਜਿਹੜੀਆਂ ਉਹਨੂੰ ਨਹੀਂ ਸੀ ਬਣਾਉਣੀਆਂ ਚਾਹੀਦੀਆਂ, ਜਾਂ ਫਿਰ ਉਹਨੇ ਉਹ ਚੀਜ਼ਾਂ ਗਲਤ ਤਰੀਕੇ ਦੇ ਨਾਲ ਬਣਾਈਆਂ। ਉਹਦਾ ਦੋਸਤ ਇਹ ਸੁਣ ਕੇ ਬੜਾ ਹੈਰਾਨ ਹੋਇਆ। ਉਹਨੂੰ ਸਮਝਾਉਣ ਲੱਗਾ ਕਿ ਕਾਕਾ, ਰੱਬ ਦੀ ਬਣਾਈ ਕਿਸੇ ਵੀ ਸ਼ੈ 'ਤੇ ਅਵਿਸ਼ਵਾਸ ਨਹੀਂ ਕਰੀਦਾ, ਕਦੇ ਵੀ ਉਹਨਾਂ 'ਤੇ ਸ਼ੱਕ ਨਹੀਂ ਕਰੀਦਾ, ਕਿਉਂਕਿ ਪਰਮਾਤਮਾ ਨੇ ਜੋ ਚੀਜ਼ ਬਣਾਈ ਆ ਉਹ ਸੋਚ ਸਮਝ ਕੇ ਹੀ ਬਣਾਈ ਆ, ਅਤੇ ਦੁਨੀਆਂ 'ਤੇ ਰੱਬ ਨੇ ਕੋਈ ਵੀ ਅਜਿਹੀ ਚੀਜ਼ ਨਹੀਂ ਬਣਾਈ ਜਿਹੜੀ ਬੇਫਜ਼ੂਲ ਹੋਵੇ ਜਾਂ ਗਲਤ ਹੋਵੇ। ਪਰ ਉਹਦਾ ਉਹ ਦੋਸਤ ਨਾ ਮੰਨਿਆ, ਕਹਿੰਦਾ ਚੱਲ ਮੈਂ ਤੈਨੂੰ ਦਿਖਾ ਦਿੰਦਾ ਕਿ ਰੱਬ ਨੇ ਕਿਹੜੀ ਚੀਜ਼ ਗਲਤ ਬਣਾਈ ਆ। ਉਹ ਕਹਿੰਦਾ ਚੱਲ ਦਿਖਾਲ। ਦੋਨੋਂ ਦੋਸਤ ਚੱਲ ਪਏ। ਚੱਲਦੇ ਚੱਲਦੇ ਉਹ ਇੱਕ ਖੇਤ ਵਿੱਚ ਪਹੁੰਚੇ। ਉਸ ਖੇਤ ਵਿੱਚ ਕੱਦੂ ਦੀਆਂ ਬੇਲਾਂ ਲੱਗੀਆਂ ਹੋਈਆਂ ਸੀ। ਉਹਨਾਂ ਪਤਲੀਆਂ ਪਤਲੀਆਂ ਬੇਲਾਂ ਦੇ ਨਾਲ ਕਿੱਡੇ ਕਿੱਡੇ ਕੱਦੂ ਲੱਗੇ ਹੋਏ ਸੀ। ਉਹ ਦੋਸਤ ਕਹਿੰਦਾ ਦੇਖ, ਸਭ ਤੋਂ ਪਹਿਲੀ ਗਲਤੀ ਰੱਬ ਦੀ ਕਿ ਦੇਖ ਕੱਦੂ ਕਿੱਡੇ ਕਿੱਡੇ ਆ, ਕਿੰਨਾ ਇਹਨਾਂ ਦਾ ਵਜ਼ਨ ਆ, ਪਰ ਰੱਬ ਨੇ ਇਹਨੂੰ ਇੱਕ ਪਤਲੀ ਜਿਹੀ ਬੇਲ 'ਤੇ ਉਗਾ ਦਿੱਤਾ। ਇੱਡੇ ਭਾਰੇ ਕੱਦੂ ਨੂੰ ਇਹ ਛੋਟੀ ਜਿਹੀ ਬੇਲ ਕਿੱਦਾਂ ਸਾਂਭ ਸਕਦੀ ਆ? ਇਹ ਰੱਬ ਨੇ ਬਣਾ ਕੇ ਬੜੀ ਗਲਤੀ ਕੀਤੀ। ਉਹ ਕਹਿਣ ਲੱਗਾ ਰੱਬ ਨੂੰ ਇਹ ਗਲਤੀ ਨਹੀਂ ਦਿਸੀ, ਕੱਦੂ ਇੱਕ ਵਿਸ਼ਾਲ ਫਲ ਆ ਅਤੇ ਇਹਨੂੰ ਲੱਗਣ ਵਾਸਤੇ ਵੀ ਇੱਕ ਮਜ਼ਬੂਤ ਦਰਖਤ ਦੀ ਲੋੜ ਸੀ। ਫਿਰ ਉਹ ਦੋਨੇ ਦੋਸਤ ਅੱਗੇ ਚੱਲ ਪਏ। ਅੱਗੇ ਜਾ ਕੇ ਦੁਪਹਿਰ ਦਾ ਵਕਤ ਹੋ ਗਿਆ, ਗਰਮੀ ਦੇ ਦਿਨ ਸੀ। ਦੋਨੋਂ ਦੋਸਤ ਇੱਕ ਦਰਖਤ ਦੇ ਥੱਲੇ ਬੈਠ ਗਏ। ਜਿਹੜਾ ਲੜਕਾ ਰੱਬ ਦੀਆਂ ਗਲਤੀਆਂ ਲੱਭਦਾ ਸੀ ਉਹ ਦਰਖਤ ਦੇ ਥੱਲੇ ਪੈ ਗਿਆ। ਉਹ ਦਰਖਤ ਸੀ ਅੰਬ ਦਾ ਦਰਖਤ, ਬੂਰ ਲੱਗਾ ਹੋਇਆ ਸੀ। ਹੁਣ ਤੁਹਾਨੂੰ ਵੀ ਪਤਾ, ਗਰਮੀਆਂ ਨੂੰ ਹੀ ਅੰਬਾਂ ਨੂੰ ਬੂਰ ਪੈਂਦਾ, ਛੋਟੇ ਛੋਟੇ ਅੰਬ ਲੱਗਦੇ ਆ। ਬੂਰ ਪੈ ਚੁੱਕਾ ਸੀ, ਛੋਟੀਆਂ ਛੋਟੀਆਂ ਅੰਬੀਆਂ ਲੱਗ ਚੁੱਕੀਆਂ ਸੀ। ਦੂਸਰੇ ਦੋਸਤ ਨੇ ਅੰਬਾਂ ਵੱਲ ਦੇਖ ਕੇ ਕਿਹਾ ਕਿ ਨੋਟ ਕਰ ਰੱਬ ਦੀ ਦੂਜੀ ਗਲਤੀ, ਛੋਟੇ ਛੋਟੇ ਅੰਬ ਅਤੇ ਉਹਨਾਂ ਨੂੰ ਇੱਕ ਬਹੁਤ ਵੱਡੇ ਵਿਸ਼ਾਲ ਮਜ਼ਬੂਤ ਦਰਖਤ ਉੱਤੇ ਕਿਉਂ ਉਗਾ ਦਿੱਤਾ, ਜਦਕਿ ਇਹਨਾਂ ਅੰਬਾਂ ਨੂੰ ਐਡੇ ਮਜ਼ਬੂਤ ਦਰਖਤ 'ਤੇ ਉਗਾਉਣ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਨਾ ਤਾਂ ਇਹ ਭਾਰੀ ਹੁੰਦੇ ਆ ਅਤੇ ਨਾ ਹੀ ਇਹ ਬਹੁਤ ਜ਼ਿਆਦਾ ਵੱਡੇ ਹੁੰਦੇ ਆ। ਰੱਬ ਦੀ ਦੂਜੀ ਗਲਤੀ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਬੰਦਾ ਹੰਕਾਰੀ ਹੋਵੇ ਜਾਂ ਜਿਹੜਾ ਬੰਦਾ ਮੂਰਖ ਹੋਵੇ ਉਹਨੂੰ ਰੱਬ ਅਕਲ ਜ਼ਰੂਰ ਦਿੰਦਾ। ਉਹ ਦੋਸਤ ਉਸ ਅੰਬ ਦੇ ਦਰਖਤ ਥੱਲੇ ਪੈ ਗਿਆ ਕਿ ਚੱਲ ਥੋੜ੍ਹਾ ਜਿਹਾ ਆਰਾਮ ਕਰ ਲੈਂਦੇ ਹਾਂ। ਮਿੱਠੀ ਮਿੱਠੀ ਹਵਾ ਚੱਲ ਰਹੀ ਸੀ।
ਇੱਕ ਅੰਬੀ ਟੁੱਟੀ ਸਿੱਧੀ ਉਹਦੇ ਨੱਕ ਤੇ ਵੱਜੀ। ਜਿੱਦਾਂ ਹੀ ਅੰਬੀ ਉਹਦੇ ਨੱਕ ਤੇ ਵੱਜੀ ਉਹਦੀ ਸੁਰਤ ਟਿਕਾਣੇ ਆ ਗਈ। ਹੁਣ ਅੰਬ ਹੁੰਦਾ ਤਾਂ ਥੋੜਾ ਜਿਹਾ ਭਾਰੀ ਸਰੀਰ ਦਾ ਨਾਜੁਕ ਅੰਗ ਨੱਕ, ਜਿੱਦਾਂ ਹੀ ਅੰਬ ਉਹਦੇ ਨੱਕ ਤੇ ਡਿੱਗਿਆ ਉਹਦੇ ਸੱਟ ਲੱਗੀ, ਉਹ ਤਾਂ ਬੇਹੋਸ਼ ਹੋ ਗਿਆ। ਉਹਦਾ ਦੋਸਤ ਘਬਰਾ ਗਿਆ, ਉਹ ਰੌਲਾ ਪਾਉਣ ਲੱਗਿਆ, ਪਾਣੀ ਲਿਆਓ, ਡਾਕਟਰ ਬੁਲਾਓ, ਕੀ ਕਰੀਏ ਕੀ ਕਰੀਏ। ਜਿੱਦਾਂ ਹੀ ਉਸ ਲੜਕੇ ਨੂੰ ਥੋੜ੍ਹੀ ਜਿਹੀ ਹੋਸ਼ ਆਈ, ਕਹਿੰਦਾ ਕੁਝ ਨਹੀਂ ਕਰਨਾ, ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਇਹਨਾਂ ਗਲਤੀਆਂ ਨੂੰ ਮਿਟਾ ਦੇ, ਕਿਉਂਕਿ ਪਰਮਾਤਮਾ ਨੇ ਜੋ ਕੀਤਾ ਸਹੀ ਕੀਤਾ, ਪਰਮਾਤਮਾ ਜੋ ਕਰਦਾ ਸਹੀ ਕਰਦਾ। ਜੇਕਰ ਇਸ ਅੰਬ ਦੀ ਜਗ੍ਹਾ ਉਹ ਕੱਦੂ ਹੁੰਦਾ ਜਿਹੜਾ ਪਤਲੀ ਜਿਹੀ ਬੇਲ ਦੇ ਨਾਲ ਲੱਗਾ ਹੋਇਆ, ਤਾਂ ਮੈਂ ਬੇਹੋਸ਼ ਨਾ ਹੁੰਦਾ, ਮੈਂ ਸਿੱਧਾ ਰੱਬ ਦੇ ਕੋਲ ਚੱਲਿਆ ਜਾਂਦਾ। ਇਸ ਕਰਕੇ ਪਰਮਾਤਮਾ ਨੇ ਜੋ ਚੀਜ਼ ਬਣਾਈ ਆ, ਜਿੱਦਾਂ ਦੀ ਬਣਾਈ ਆ, ਬਿਲਕੁਲ ਸਹੀ ਬਣਾਈ ਆ। ਪਰਮਾਤਮਾ ਨੇ ਕੋਈ ਚੀਜ਼ ਗਲਤ ਨਹੀਂ ਬਣਾਈ, ਕੋਈ ਫਾਲਤੂ ਨਹੀਂ ਬਣਾਈ। ਇਸ ਕਰਕੇ ਪਰਮਾਤਮਾ ਦੀ ਕੁਦਰਤ ਅਤੇ ਪਰਮਾਤਮਾ ਦੀਆਂ ਚੀਜ਼ਾਂ 'ਤੇ ਕਦੇ ਸ਼ੱਕ ਨਾ ਕਰੋ, ਨਹੀਂ ਤਾਂ ਸਾਨੂੰ ਨੁਕਸਾਨ ਉਠਾਉਣਾ ਪਵੇਗਾ। ਇਹ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਆ, ਇਹਦੇ ਤੋਂ ਸਿੱਖਣ ਦੀ ਲੋੜ ਆ, ਜ਼ਰੂਰ ਸਿੱਖਿਆ ਲਿਓ। ਪਰਮਾਤਮਾ ਸਾਰਿਆਂ ਨੂੰ ਸਦਬੁੱਧੀ ਦੇਵੇ।